ਸ਼੍ਰੋਮਣੀ ਅਕਾਲੀ ਦਲ ਨੇ ਵੀ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਅਹੁਦੇ ਤੋਂ ਹਟਾਉਣ ਦੇ ਮਾਮਲੇ ਤੇ ਗਹਿਰੇ ਪੱਖ ਪੂਰਦਿਆਂ ਪਾਰਟੀ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕੇਜਰੀਵਾਲ ਤਾਨਾਸ਼ਾਹ ਹੈ ਜਿਸ ਨੇ ਲੋਕਤੰਤਰਿਕ ਗੈਰ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਲਾਂਭ ਕੀਤਾ ਹੈ। ਕਾਬਲੇ ਗੌਰ ਹੈ ਕਿ ਢੀਂਡਸਾ ਸੰਗਰੂਰ ਵਿੱਚ ਅਕਾਲੀ ਦਲ ਦੀ ਬੈਠਕ ਵਿੱਚ ਹਿੱਸਾ ਲੈਣ ਪੁੱਜੇ ਸਨ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਰਹੇ। ਕੀਤਾ ਤਾਂ ਉਹਨਾਂ ਨੇ ਅਨਡੈਮੋਕਰੇਟਿਕ ਹੈ, ਇਸ ਤਰ੍ਹਾਂ ਦਾ ਕਦੇ ਲਾਇਆ ਨਹੀਂ ਜਾਂਦਾ ਹੁੰਦਾ, MLA ਲਾ ਸਕਦੇ ਆ, ਪਰ ਚਲੋ ਉਹਨਾਂ ਦੀ ਆਪਣੀ ਹੈਗੀ, ਉਹਦੇ 'ਚ ਸਾਡਾ ਕੋਈ ਰੋਲ ਨਹੀਂ, ਉਹ ਉਹਨਾਂ ਦੀ ਆਪਣੀ ਪਾਰਟੀ ਦਾ ਰੋਲ ਹੈ। ਪਰ ਇਹ ਮਹਿਸੂਸ ਕਰਦੇ ਹਾਂ ਕਿ ਕੇਜਰੀਵਾਲ ਵੀ ਪੂਰਾ ਡਿਕਟੇਟਰ ਹੈ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ, ਆਪਣੀ ਮਰਜ਼ੀ ਨਾਲ ਫੈਸਲੇ ਕਰਦਾ, ਔਰ ਉਹਨੇ ਉਹੀ ਫੈਸਲਾ ਉਸੇ ਹਿਸਾਬ ਨਾਲ ਕੀਤਾ।